उस बाद किन्नी जनाब की तनखाह पता है पता 40,000 चल रहे चंगा हल हम चंगा चल रहा है उतली कमाई छड़ के मुड़ भी चल रहा ਤੁਸੀਂ ਕੋਈ 50 ਲੈ ਰਹੇ ਹੋ 60 ਲੈ ਰਹੇ ਹੋ ਕੁਝ ਗੁਜ਼ਾਰਾ ਗੁਜ਼ਾਰਾ ਚੱਲ ਰਿਹਾ ਆ ਮਹੀਨੇ ਦੀ ਪੇ ਲੱਭ ਜਾਂਦੀ ਆ ਆਪਣਾ ਚੱਲ ਰਿਹਾ ਇਰਫਾਨ ਸਾਹਿਬ ਇੰਜੀ ਗੱਲ ਹੈ ਕੁਝ ਗੁਜ਼ਾਰਾ ਗੁਜ਼ਾਰਾ ਚੱਲ ਰਿਹਾ ਇਮਾਨ ਨਾਲ ਦੱਸੋ ਜਿਹੜਾ ਮਜ਼ਦੂਰ 600 ਕਮਾ ਰਿਹਾ 700 ਦਿਹਾੜੀ ਦਾ ਲੈ ਰਿਹਾ ਉਹ ਘਰ ਕੀ ਲੈ ਗਿਆ बहस मैं नहीं करना मैं गल करना इस टाइम मेरा मनसब वड्डा मेरा मनसब थोड़े नाल वड्डा है मैं थोड़े नाल बहस नहीं करन आया मैं अल्लाह रसूल की थोड़े नाल गल करना है जेड़ा बंदा अल्लाह रसूल की गल करे ना या हजूर की उम्मत की गल करे उसकी सुननी चाहिए अज तुसीं वर्दी पाई है ना मरना तुसा नहीं है ਤੁਹਾਡੇ ਜਨਾਜ਼ੇ ਅਸਾਂ ਪੜਾਣੇ ਤੁਹਾਨੂੰ ਕਬਰ 'ਚ ਅਸਾਂ ਲਾਣਾ ਤੁਹਾਡੀ ਕਬਰ 'ਚ ਨਾ ਐਸ ਪੀ ਆਉਣਾ ਨਾ ਡੀ ਪੀ ਆਉਣਾ ਨਾ ਐਸ ਆਈ ਆਉਣਾ ਨਾ ਇਰਫਾਨ ਆਉਣਾ ਨਾ ਕਿਸੇ ਹੋਰੀ ਸਪੈਸ਼ਲ ਬਰਾਂਚ ਦੇ ਨਾ ਸੀ ਟੀ ਟੀ ਵਾਲੇ ਨਾ ਕਿਸੇ ਹੋਰੀ ਆਉਣਾ ਸਿਰਫ ਰਸੂਲੁੱਲਾ ਆਉਣਾ ਜੋ ਸਿਰਫ ਰਸੂਲੁੱਲਾ ਆਉਣਾ ਅਤੇ ਹਜ਼ੂਰ ਨੇ ਫਰਮਾਇਆ ਜਿਸ ਵੇਲੇ ਗੱਲ ਮੇਰੀ ਹੋਵੇ ਨਾ ਉਸ ਵੇਲੇ ਸਾਰਾ ਕੁਝ ਛੱਡ ਛਡਾ ਕੇ ਅਤੇ ਮੇਰੀ ਗੱਲ ਤਵੱਜੋ ਨਾਲ ਸੁਣੋ ਕਿਉਂਕਿ ਕੱਲ੍ਹ ਕਿਆਮਤ ਵਾਲੇ ਦਿਹਾੜੇ ਜਿਸ ਵੇਲੇ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਮੈਂ ਮੁਹੰਮਦ ਤੁਹਾਡੇ ਕੰਮ ਆਉਣਾ ਜਦੋਂ ਕੰਮ ਮਜ਼ਦੂਰ ਨੇ ਆਉਣਾ ਤਾਂ ਮੁੜ ਜਿਸ ਵੇਲੇ ਗੱਲ ਸਰਕਾਰ ਦੀ ਹੋਵੇ ਨਾ ਉਸ ਵੇਲੇ ਸਿਰ ਸਾੜ ਦਿੱਤਾ ਕਰੋ ਇਹ ਨੌਕਰੀਆਂ ਸਦਾ ਕੋਣੀ ਰਾਣੀਆਂ ਇਹ ਤੁਹਾਡਾ ਮਹਿਕਮਾ ਨਾ ਇਰਫਾਨ ਸਾਹਿਬ ਤੁਸੀਂ ਭਾਈ ਹੋ ਮੇਰੇ ਇਹ ਤੁਹਾਡਾ ਮਹਿਕਮਾ ਨਾ ਇੱਕ ਟਾਈਮ ਆਉਣਾ ਸਾਬਕਾ ASI ਸਾਬਕਾ ਐਸ ਆਈ ਸਾਬਕਾ ਹਵਾਲਦਾਰ ਸਾਬਕਾ ਫਲਾਣਾ ਮੁੱਕ ਜਾਣਾ ਨਾ ਇਹ ਕੰਮ ਮੁੱਕ ਜਾਣਾ ਜੇ ਗੁਲਾਮੀ ਰਸੂਲੁੱਲਾ ਦੀ ਹੋ ਜਾਵੇ ਨਾ ਤਾਂ ਮੁੱਕਣ ਵਾਲਾ ਕੰਮ ਕੋਈ ਉਹ ਮੁੱਕਣ ਵਾਲਾ ਕੰਮ ਕੋਈ ਨਹੀਂ ਉਹ ਸਾਨੂੰ ਇੱਥੇ ਵੀ ਕੰਮ ਆਉਣਾ ਉਹ ਕਬਰ 'ਚ ਵੀ ਕੰਮ ਆਉਣਾ ਕੱਲ੍ਹ ਲਸ਼ਰ 'ਚ ਵੀ ਕੰਮ ਆਉਣਾ ਸਾਡੇ ਆ ਜਿਤਨੇ ਵੀ ਮੁੜੇ ਨੇ ਕਿਸੇ ਮੁੜੇ ਮੈਂ ਸੁਬਾਹ ਦਾ ਇਹਨਾਂ ਦਾ ਨਾਲ ਹਾਂ ਕਿਸੇ ਬੰਦੇ ਨਾ ਕਿਸੇ ਨੂੰ ਧੱਕਾ ਮਾਰਿਆ ਨਾ ਕਿਸੇ ਨਾਲ ਬਦਤਮੀਜ਼ੀ ਕੀਤੀ ਇਸ ਵਾਸਤੇ ਤੁਸੀਂ ਵੀ ਪਾਵਨ ਕਰਨਾ ਤੁਸੀਂ ਆਖਦੇ ਹੋ ਚਲੋ ਅਸੀਂ ਮੰਨ ਲੈਂਦੇ ਹਾਂ ਤੁਸੀਂ ਆਖਦੇ ਹੋ